हो गया बुरा कर रहे थे। अबे पान दे यार, सदे नहीं तोड़ते हैं कड़े खाए यहाँ तेरे। ओके ब्रेडी लगी होना चाहिए बलि तो दी दी गई। तो ओ जा अमृत लगता है इन्हें गली नूं दिंदे हड़े किवें बैड बना ले तू लंघ चल चुप ओ भाई और या। हाँ की गल होगी भाई जे शरीर नहीं साथ दिंदा तां अखां दा साथ दिंदियां ने ओ भाई क्यों मूंह लगो के लंघदा कोल दी यार कानू भले मानस किड़िया गल्ला करन लग रहा है मूंह लुको के कानू लगदा मैनूं तां कार थी जरूरी काम है ओ कानू भाई जरूरी काम फिर कर ली जाके पहला मैनूं घरे छड्डिया तो ओए पतंदर इक समझ नहीं आई हैगी लोक किते चढ़के जांदे ने आप इहदे पतंदर थल्ले पहले खड़ा हो ओ कानू पिया भाई थल्ले यार खड़ जा एक मिनट पहले तां लत्त परां कर इहनूं खड़ी करां यार खड़ जा ओ भाई उत्ते ना डिगदी पहला भी डिगी लत्त ते ओ खड़ जा जे तूं शराबी आ पतंदरा मैं तां नहीं पिछे बिठाऊगा फिर भी नहीं लोट आना कि ऊ ना हड गोडे मेरे तड़वा दे लगता मैं लगता बचाली सुट उथे मुंह ओला हो जा खड़ा होना मैं भी जरूरी काम जाना है यार चल वे आए कर इनू हाथ पाके खड़ जा पतंदरा वो इनू हाथ पाके खड़ जा मैं किक मार ला एक मिनट ओ सारा रख माड़ा जा ओ भाई खड़े तो है यार तू तो भी करिया छेड़ा इनू खड़ जा पतंदरा ओ तोर ला भाई ओ तोर दा खर्चा स्टार्ट ता कर ला ओ गन्ना बूटे भाई स्टार्ट या तू दा खड़ता जा पतंदरा खड़ता जा ओ ये भाई खड़ा जांदा तो फिर करिया करला दी फिर मैं अपना बक जांदा तेनू कनु कहना ले कर आ जा इधर आ जा मुरे पहला मैं दा उरे बैठ लूं मुरे ओए उरे मैं तेनू पीछे के मैं सामू आ पीछे ना डिग जे तू मुरे जा मैं तो इतने बैठूंगा ओए तू रे मन्ने कर देने फिर मैं उरे बैठूंगा भाई फिर देख मैं बंद कर क्यों नहीं छट के भाग दूंगा ओ नहीं इधर आ जा महा मैं उरे ओ का बाप तेरे सूर में आज मैं भी कथे कीड़े ने पौन ते खड़ गया हो कम ना भाई मैं तो इतने बैठ के जाऊंगा ओ खाट जा तू जत्थे बिठाना उठे बह जा यार मेनू जरूरी काम है मैं कहीं जन्ना इतना टाइम लगाता खड़ा हो मन्ने कर देने ਹੂੰ ਤਾਂ ਛੋਟਾ ਭਾਈ ਮੰਨਦਾ ਹੈ ਨਹੀਂ ਚੱਲ ਮੂਰੇ ਉਹ ਭਾਈ ਉਰੇ ਕਿਵੇਂ ਬੈਠੂੰਗਾ ਮੈਂ ਉਹ ਤੂੰ ਟੰਗ ਤਾਂ ਬਿਠਾਉਂਗਾ ਖਰਚਾ ਉਹ ਭਾਈ ਆ ਕੀ ਗੱਲ ਹੋਈ ਯਾਰ ਉਹ ਲੱਤ ਇੱਧਰ ਟਪਾ ਲਾ ਕੰਜਰ ਕਿੱਥੇ ਫਸ ਗਿਆ ਲੱਤ ਟਪਾ ਇੱਧਰ ਮੜੀ ਇਹ ਲੈ ਹਾਂ ਭਾ ਬਣ ਗਈ ਗੱਲ ਬਣ ਗਿਆ ਪੈਰ ਉੱਤੇ ਧਰ ਪੈਰ ਉੱਤੇ ਧਰ ਲੈ ਪੈਰ ਧਰ ਲਿਸ ਮਾਰ ਕੇ ਉਸ ਵਾਰ ਕਿਨੇ ਬਾਈ ਪੈਰ ਧਰ ਨਾਲੇ ਨੇ ਤੋਏ ਚਲ ਹੱਥ ਪਾ ਲੈ ਮੜ ਜਾ ਲੈ ਓਏ ਇੱਧਰ ਕਿੱਥੇ ਪਈ ਜਾਂਦਾ ਵੇ ਮੂਰੇ ਪਾ ਲੈ ਹਾਂ ਮੂਰੇ ਪਾ ਲੈ ਚਲ ਲੈ ਚੱਲੀਏ ਫਿਰ ਹਾਂ ਚੱਲ ਬਾਈ ਬਸ ਬਸ ਓ ਰੋਕਾ खड़ जा पतंदरा तैं तां मैनू भी तंग कर लिया मसा कर लिया लै खड़ खड़ जा मैं उतर जा उतर जा खड़ता जा ओ ले दस किवें लिट गया ओए ओए लै हो जा हुण माड़ा मोटा ला लै सारा भी पतंदरा निकल खड़ दे
खड़ जा खड़ा तो जाता नहीं लकरे मारू तेन की ਸਾਡੀ ਤਾਂ ਜਮਾ ਹੀ ਨਹੀਂ ਸੁਣਦਾ ਹੈਗਾ ਘੱਟੋ ਘੱਟ ਜਵਾਕਾਂ ਵੱਲ ਨਹੀਂ ਦੇਖ ਲਿਆ ਕਰ ਮੇਰੇ ਵੱਲ ਤਾਂ ਨਹੀਂ ਦੇਖਿਆ ਤੂੰ ਹੁਣ ਤੱਕ ਵੀ ਕਿਵੇਂ ਕੱਟਦੀ ਆ ਕਿਵੇਂ ਨਹੀਂ ਇੰਨਾ ਸਮਝਾਉਂਦੀ ਆ ਵੀ ਘੱਟ ਝੁਲਸੇ ਆਇਆ ਕਰ ਪਰ ਜਾਈਏ ਤੂੰ ਤਾਂ ਧੰਨ ਹੈ ਇਹ ਸ਼ਰਾਬੀ ਕਬਾਬੀ ਨਾ ਕੱਟੀ ਜਾਂਦੀ ਜੇ ਹੋਰ ਹੁੰਦੀ ਕਦੋਂ ਦੀ ਛੱਡ ਕੇ ਵਗ ਜਾਂਦੀ ਜਾ ਹੁਣ ਕਿੱਥੇ ਜਾਣਾ ਬੇ ਕੀ ਕਰਾਂ ਭਾਈ ਸਾਰੀ ਕਰਮਾ ਦੀ ਖੇਡ ਆ ਗਈ ਜਿਹੜਾ ਕੁਛ ਲਿਖਿਆ ਹੋਇਆ ਕੱਟਣਾ ਤਾਂ ਪੈਣਾ ਹੀ ਆ ਪਰ ਜਾਈਏ ਐ ਨਹੀਂ ਹੁੰਦਾ ਕਰਮ ਵੀ ਆਪ ਬਣਾਉਣੇ ਪੈਂਦੇ ਨੇ ਬੰਦੇ ਨੂੰ ਚੰਗੇ ਮਾੜੇ ਉਹ ਦੇਖ ਲੈ ਇਹਨੇ ਹੁਣ ਪਤਾ ਨਹੀਂ ਕਿੱਧਰ ਨੂੰ ਭੱਜਣਾ ਗਾ ਸਾਡੇ ਤਾਂ ਇਹ ਰਿਵਾਜ਼ ਆ ਭਾਈ ਵੀ ਪੇਕਿਆਂ ਘਰੋਂ ਜਦੋਂ ਡੋਲੀ ਉੱਠ ਜਾਂਦੀ ਆ ਤਾਂ ਸਹੁਰਿਆਂ ਤੋਂ ਅਰਥੀ ਉੱਠਦੀ ਹੈਗੀ ਕਿੱਥੇ ਜਾਵਾਂਗੇ ਕੀ ਕਰਾਂਗੇ ਜਿਹੜਾ ਕਰਮਾਂ 'ਚ ਲਿਖਿਆ ਉਹ ਤਾਂ ਭੋਗਣਾ ਹੀ ਪੈਣਾ ਗਾ ਉਹ ਪਰ ਜਾਈਏ ਤੂੰ ਤਾਂ ਭਲੇ ਟਾਈਮਾਂ ਦੀ ਗੱਲ ਕਰਨ ਲੱਗ ਰਹੀ ਹੈ ਪਹਿਲਾਂ ਦੀ ਇਹ ਤਾਂ ਉਦੋਂ ਹੁੰਦਾ ਸੀ ਜਦੋਂ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੁੰਦੀ ਸੀ ਹੁਣ ਤਾਂ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਬਹੁਤ ਘੱਟ ਹੈ ਬੇ ਭਾਈ ਸਾਡੇ ਤਾਂ ਇਹ ਰਿਵਾਜ਼ ਨਹੀਂ ਹੈਗੇ ਹੁਣ ਜਿਹੜਾ ਕੁਛ ਲਿਖਿਆ ਕੱਟਾਂਗੇ ਤਾਂ ਸਹੀ ਆ ਜਵਾਕਾਂ ਬੰਨੀ ਮੈਨੂੰ ਤਾਂ ਦੇਖਣਾ ਪੈਂਦਾ ਇਹਨੂੰ ਤਾਂ ਨਹੀਂ ਸ਼ਰਮ ਹੈਗੀ ਭੋਰਾ ਆ ਜਾਂਦਾ ਡੱਫ ਕੇ ਰੋਜ਼ ਸਮਝਾਉਂਦੀ ਆ ਵੀ ਬੇ ਨਾ ਪੀਆ ਕਰ ਇੰਨੀ ਨਾ ਪੀਆ ਕਰ ਜੇ ਘੁੱਟ ਪੀਣੀ ਆ ਤਾਂ ਘਰੇ ਬੈਠ ਕੇ ਪੀ ਲਿਆ ਕਰ ਇਹ ਕਿੱਥੇ ਸੁਣਦਾ ਮੇਰੀ ਇਹਨੂੰ ਪਤਾ ਨਹੀਂ ਕਿਵੇਂ ਰਿਸ਼ਤਾ ਬਣ ਗਿਆ ਹੁਣ ਤਾਂ ਚੰਗੇ ਭਲਿਆਂ ਨੂੰ ਰਿਸ਼ਤਾ ਨਹੀਂ ਬਣਦਾ ਹੈਗਾ ਸਾਰੀ ਤਕਦੀਰ ਦੀ ਖੇਡ ਹੁੰਦੀ ਹੈਗੀ ਜਿਹਦੇ ਨਾਲ ਸੰਜੋਗ ਹੁੰਦੇ ਨੇ ਹਰ ਹੀਲੇ ਉੱਥੇ ਜਾ ਕੇ ਭੇੜੀ ਜਾਂਦੇ ਨੇਗੇ ਉਹ ਐਂ ਨਹੀਂ ਹੁੰਦਾ ਪਰ ਜਾਈਏ ਸੰਜੋਗਾਂ ਸੰਜਾਗਾਂ ਦੀਆਂ ਤਾਂ ਕਹਿਣ ਦੀਆਂ ਗੱਲਾਂ ਨੇ ਆਪਦੀ ਜ਼ਿੰਦਗੀ ਤਾਂ ਆਪ ਬਣਾਉਣੀ ਪੈਂਦੀ ਹੈ ਚੱਲ ਜ਼ਿੰਦਗੀ ਤਾਂ ਹੁਣ ਬਣ ਗਈ ਜਿਹੜੀ ਬਣਨੀ ਸੀ ਅੱਧੀ ਨਿਕਲ ਗਈ ਅੱਧੀ ਰਹਿ ਗਈ ਇਹ ਵੀ ਰੋਲ ਖੋਲ ਕੇ ਨਿੰਘ ਜੂਗੀ ਦੇਖ ਲੈ ਪਰ ਜਾਈਏ ਹੁਣ ਤਾਂ ਤੇਰੀ ਉਮਰ ਹੈਗੀ ਹੈ ਹਲੇ ਕੋਈ ਵਧੀਆ ਰਿਸ਼ਤਾ ਮਿਲ ਜੂਗਾ ਇਹ ਸ਼ਰਾਬੀ ਨਾਲ ਕਿਵੇਂ ਟਾਈਮ ਪਾਸ ਕਰੇਗੀ ਕਿੰਨਾ ਕੁ ਚਿਰ ਦੁੱਖ ਸੁੱਖ ਭੋਗੇਗੀ ਇਹਦੇ ਨਾਲ ਬਾਕੀ ਦੇਖ ਲੈ ਪਰ ਜਾਈਏ ਦੇਖ ਮੈਂ ਤਾਂ ਜਿੰਨਾ ਸਮਝਾਉਣਾ ਸੀ ਤੈਨੂੰ ਸਮਝਾ ਤਾ ਤੇਰੀ ਜ਼ਿੰਦਗੀ ਹੈ ਫੈਸਲਾ ਤੈਂ ਲੈਣਾ ਵੀ ਚੰਗੀ ਕੱਟਣੀ ਹੈ ਕਿ ਮਾੜੀ ਮੇਰੇ ਤਾਂ ਦੇਖ ਸਮਝਾਉਣ ਦਾ ਫਰਜ਼ ਸੀ ਚੰਗਾ ਭਰਜਾਈਏ ਫਿਰ ਮੈਂ ਵੀ ਚੱਲਦਾ ਮੈਨੂੰ ਤਾਂ ਜ਼ਰੂਰੀ ਕੰਮ ਸੀ ਫਿਰ ਵੀ ਮੈਂ ਮੂੰਹ ਮੱਥੇ ਲੱਗਦਾ ਤਾਂ ਇਹਨੂੰ ਛੱਡ ਕੇ ਜਾਣਾ ਕੋਈ ਨਾ ਜੀ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਇਹਨਾਂ ਨੂੰ ਘਰੇ ਲਿਆ ਇਹ ਤਾਂ ਰੋਜ਼ ਹੀ ਐਵੇਂ ਨਾਲੀਆਂ 'ਚ ਡਿੱਗਦੇ ਚੱਲ ਧੰਨਵਾਦ ਵਾਲੀ ਤਾਂ ਕੀ ਗੱਲ ਹੈ ਭਰਜਾਈਏ ਆਪਦੇ ਹੀ ਆਪਦੇ ਦੇ ਕੰਮ ਆਉਂਦਾ ਹੋਰ ਚਾਹ ਬਣਾਈਏ ਜੀ ਬਸ ਭਰਜਾਈਏ ਕੁਛ ਨਹੀਂ ਪੀਣਾ ਮੈਂ ਤਾਂ ਬਹੁਤ ਜ਼ਰੂਰੀ ਕੰਮ ਹੈ ਮੈਂ ਤਾਂ ਲੇਟ ਹੋ ਗਿਆ ਕੋਈ ਨਾ ਜੀ ਗੱਲ ਤਾਂ ਤੁਹਾਡੀ ਸਹੀ ਹੈਗੀ ਭੋਗਦੀ ਤਾਂ ਮੈਂ ਇੱਥੇ ਨਰਕ ਹੀ ਹੈਗੀ ਆ ਜ਼ਿੰਦਗੀ ਆ ਕੋਈ ਜੈ ਰੋਏ ਦੀ ਆ ਪਿਆ ਦੇਖ ਲਾ ਆਰਾਮ ਨਾਲ ਲੰਮੀਆਂ ਤਾਣ ਕੇ ਇਹਨੂੰ ਹੈਗੀ ਆ ਕਿਸੇ ਦੀ ਫਿਕਰ ਨਾ ਜਨਾਨੀ ਦੀ ਨਾ ਜਵਾਕਾਂ ਦੀ ਲੱਗਦਾ ਮੰਮੀ ਅਤੇ ਚਾਚੇ ਦੀਆਂ ਗੱਲਾਂ ਦਾ ਅਸਰ ਹੋ ਗਿਆ ਆਹ ਦੇਖ ਲਓ ਆਹ ਸਰਦਾਰ ਜੀ ਕਿਵੇਂ ਪਏ ਨੇ ਲੰਬੀਆਂ ਤਾਣ ਕੇ ਆਹ ਜ਼ਿੰਦਗੀ ਹੁੰਦੀ ਹੈ ਇਹਨਾਂ ਦੀ ਇਹਨਾਂ ਨੂੰ ਤਾਂ ਨਾ ਕੱਖ ਦੀ ਨਾ ਕੰਡੇ ਦੀ ਨਾ ਡੰਗਰ ਦੀ ਨਾ ਬੱਚੇ ਦੀ ਇਹਨਾਂ ਨੇ ਕਿਹੜਾ ਉੱਠਣਾ ਗਾ ਸਾਰਾ ਕੰਮ ਮੇਰੇ ਹੀ ਸਿਰ 'ਤੇ ਪਿਆ ਹੋਇਆ ਗਾ ਇੱਕ ਆਜੂ ਬਸ ਮੂਤ ਪੀ ਕੇ ਖਾ ਲਿਆ ਪੀ ਲਿਆ ਹੱਗ ਲਿਆ ਹੋਰ ਤਾਂ ਕੋਈ ਕੰਮ ਹੈ ਨਹੀਂ ਗਾ ਆਹ ਉੱਠ ਜਾ ਚਾਹ ਪੀ ਲਓ ਕੀ ਹੋ ਗਿਆ ਪੈ ਜਾਣ ਦੇ ਚਾਹ ਪੀ ਲਓ ਫੜੋ ਬਥੇਰਾ ਸੌਂ ਲੇ ਮੂਤ ਡੱਫ ਕੇ ਆ ਜਾਂਦੇ ਹੋ ਜਦ ਤਾਂ ਰਾਤ ਨੂੰ ਜੇ ਮੂਤ ਹੀ ਪੀਣਾ ਹੁੰਦਾ ਤਾਂ ਡੰਗਰਾਂ ਦਾ ਪੀ ਲਿਆ ਕਰੋ ਪੈਸੇ ਤਾਂ ਬਚਣਗੇ ਘੱਟੋ ਘੱਟ ਤੜਕੀ ਲੱਗੀ ਚਪੜ ਚਪੜ ਬੋਲਣਾ ਆਹ ਤੜਕੀ ਲੱਗੀ ਕੰਮ ਦੀ ਤਾਂ ਕੋਈ ਫਿਕਰ ਹੈ ਨਹੀਂ ਸਾਰਾ ਮੇਰੇ ਸਿਰ ਤੇ ਪਿਆ ਪਿਆ ਨਹੀਂ ਚਾਹ ਨਹੀਂ ਮੈਂ ਪੀਣੀ ਮੈਨੂੰ ਲੱਸੀ ਲਿਆ ਦੇ ਜੇ ਹੈਗੀ ਆ ਮੇਰਾ ਤਾਂ ਸਿਰ ਬਹੁਤ ਦੁਖਣ ਲੱਗ ਰਿਹਾ ਨਾ ਘੱਟ ਡੱਫ ਲਿਆ ਕਰ ਕਿੰਨੇ ਵਾਰੀ ਕਿਹਾ ਆ ਜਵਾਕਾਂ ਬੰਨੀ ਦੇਖ ਲਿਆ ਕਰ ਜੇ ਮੇਰੇ ਬੰਨੀ ਨਹੀਂ ਦੇਖਣਾ ਨਹੀਂ ਇੰਨੀ ਕੁ ਇੰਨੀ ਕੁ ਪੀਤੀ ਹੋਈ ਤੀ ਠੀਕ ਤਾਂ ਹੈਗਾ ਤੀ ਮੈਂ ਆਪੇ ਆ ਕੇ ਪੈ ਗਿਆ ਕੌਣ ਛੱਡ ਕੇ ਗਿਆ ਚੱਕ ਕੇ ਕੌਣ ਛੱਡ ਕੇ ਗਿਆ ਆਪੇ ਆਏ ਤੀ ਮੈਂ ਤਾਂ ਆਪ ਹੀ ਆਇਆ ਸੀ ਮੈਂ ਤਾਂ ਜਦ ਤਾਂ ਪਤਾ ਨਹੀਂ ਕਿੱਥੇ ਡਿੱਗ ਜਾਣਾ ਮੂਤ ਪੀ ਕੇ ਨੀ ਲਿਆ ਦੇ ਮੈਨੂੰ ਲੱਸੀ ਦੀ ਕੁੱਟ ਕਿਉਂ ਚਾਵਰ ਚਾਵਰ ਲਾਈਆ ਮੇਰੇ ਤਾਂ ਪਹਿਲੀ ਸਿਰ ਘੁੰਮਣ ਲੱਗ ਰਿਹਾ ਨਾ ਹੁਣ ਮੈਂ ਸਿਰ ਤੇਰਾ ਕੁੱਟਾ ਇੱਥੇ ਬੈਠ ਕੇ ਤੈਨੂੰ ਤਾਂ ਲੱਸੀ ਚਾਹੀਦੀ
ਚਾਹੀਦੀ ਆ ਸਵੇਰੇ ਉੱਠ ਕੇ, ਜਿਹੜੇ ਮੇਰੇ ਸਿਰ ਤੇ 100 ਕੰਮ ਪਏ ਨੇ ਉਹ ਕੌਣ ਕਰੂਗਾ? ਤੂੰ ਤਾਂ ਮਹਾਰਾਜ ਬਣ ਕੇ ਕਹਿ ਦੀ ਨਾ ਦਾਰੂ ਰਾਤ ਨੂੰ ਡੱਫ ਲੈਣਾ, ਸਵੇਰੇ ਮੈਨੂੰ ਲੱਸੀ ਦੇ ਦੇ। ਹੈ ਨਹੀਂ ਨਹੀਂ ਪੀਂਦਾ, ਅੱਜ ਤੋਂ ਨਹੀਂ ਪੀਂਦਾ, ਲੱਸੀ ਲਿਆ ਦੇ ਮੈਨੂੰ। ਲਿਆ ਦਿੰਨੀ ਆ ਲੱਸੀ, ਆ ਮੁੰਡੇ ਨੂੰ ਚਾਹ ਪਿਲਾ ਦੀ ਠੰਡੀ ਕਰਕੇ। ਲਿਆ ਦੂੰਗਾ, ਉਹ ਲੈ ਪੁੱਤ ਚਾਹ ਪੀ ਲਾ। ਉਹ ਕੀ ਹੋ ਗਿਆ ਤੈਨੂੰ, ਕਿਉਂ ਲੱਗ ਰਿਹਾ ਰੋਣ ਤੂੰ? ਪਾਪਾ ਤੂੰ ਦਾਰੂ ਪੀਣੀ ਛੱਡ ਦੇ, ਨਹੀਂ ਮੈਨੂੰ ਕੁਝ ਹੋ ਜਾਊਗਾ। ਓਹੋ ਪੁੱਤ, ਅੱਜ ਤੋਂ ਬਾਅਦ ਨਹੀਂ ਮੈਂ ਪੀਂਦਾ ਹੈਗਾ, ਤੇ ਨਾਲ ਵਾਦਾ ਕਰਦਾ ਪੱਕਾ, ਠੀਕ ਆ? ਠੀਕ ਆ। ਹਾਂ ਅੱਜ ਤੋਂ ਬਾਅਦ ਨਹੀਂ ਪੀਂਦਾ ਹੈਗਾ। ਅੱਜ ਤੋਂ ਬਾਅਦ ਪੱਕਾ ਨਹੀਂ ਪੀਂਦਾ। ਨਹੀਂ ਪੀਂਦਾ ਪੁੱਤ, ਨਹੀਂ ਪੀਂਦਾ। ਥੈਂਕ ਯੂ ਪਾਪਾ। ਆ ਦੇਖ ਲਾ ਆ ਜਵਾਕਾਂ ਤੇ ਕਿੰਨਾ ਅਸਰ ਹੁੰਦਾ ਹੈਗਾ। ਮੈਂ ਤੈਨੂੰ ਇੱਕ ਗੱਲ ਕਹਿ ਦਿੰਦੀ ਆ, ਜੇ ਇਹਨਾਂ ਨੂੰ ਕੁਛ ਹੋ ਗਿਆ ਮੈਂ ਵੀ ਨਾਲ ਹੀ ਮਰ ਜੂੰ ਕੁਛ ਖਾ ਕੇ, ਇਹਨਾਂ ਦੇ ਸਿਰ ਤੇ ਜਿਉਂਦੀ ਆ ਮੈਂ ਤਾਂ, ਫਿਰ ਪੀ ਜਾਇਆ ਕਰੀ ਉਰੇ ਇਕੱਲਾ ਹੀ ਬੈਠਾ। ਨਹੀਂ ਹੌਲੀ ਦਾ ਬੋਲ ਪਾ, ਜਦੋਂ ਤੈਨੂੰ ਕੇਰਾਂ ਸਮਝਾਤਾ ਵੀ ਨਹੀਂ ਪੀਂਦਾ ਨਹੀਂ ਪੀਂਦਾ। ਬੇ ਤੂੰ ਤਾਂ 100 ਵਾਰੀ ਕਹਿਣਾ ਵੀ ਪੀਂਦਾ ਨਹੀਂ, ਤੇਰੀ ਗੱਲ ਦਾ ਸੱਚ ਮੰਨੇ ਕੋਈ ਤਾਂ ਫੇਰ ਆ। ਆ ਦੇਖ ਲਾ ਸਰਦਾਰ ਜੀ ਨੂੰ ਕੋਈ ਫਿਕਰ ਨਹੀਂ ਹੈਗੀ। ਉੱਠੋ ਮੇਰੀ ਗੱਲ ਸੁਣੋ, ਉਹ ਜਾ ਕੇ ਹਰੇ ਦਾ ਥੱਬਾ ਵੱਢ ਲਿਆ ਉੱਥੋਂ ਖੇਤ ਚੋਂ, ਗਲਡ ਲੱਗਿਆ ਪਿਆ ਉੱਥੇ। ਕੀ ਕਿਹਾ? ਕੀ ਕਿਹਾ ਕੀ? ਹਰਾ ਕੌਣ ਵੱਢ ਕੇ ਲਿਆ? ਨੌਕਰ ਰੱਖਿਆ ਹੋਇਆ ਕੋਈ? ਨਹੀਂ ਮੇਥੋਂ ਨਹੀਂ ਜਾਇਆ ਜਾਂਦਾ, ਮੇਰਾ ਤਾਂ ਸਿਰ ਪਤਾ ਕਿੰਨਾ ਫਟਿਆ ਜਾਂਦਾ। ਅੱਛਾ ਹੋਰ ਕੌਣ ਜਾਊਗਾ? ਉਹ ਤਾਂ ਬੜਾ ਕਹਿੰਦੀ ਨਾ, ਮੈਨੂੰ ਐਡਾ ਲੱਸੀ ਦਾ ਗਲਾਸ ਭਰ ਕੇ ਦੇ ਦੇ, ਜੇ ਮਾਵਾਂ ਦੁੱਧ ਦੀ ਘੁੱਟ ਦੇਣਗੀਆਂ ਫੇਰ ਹੀ ਲੱਸੀ ਰੜਕੂੰਗੀ। ਨਹੀਂ ਭਾਲਦਾ ਝੁੱਟਿਆ ਦੇ ਘਰੋਂ ਲੱਸੀਆਂ, ਮੇਥੋਂ ਨਹੀਂ ਰਿੜਕੀ ਜਾਂਦੀ ਹੈਗੀ। ਨਹੀਂ ਮੇਰੀ ਗੱਲ ਸੁਣ, ਸੰਨੀ ਰੜਾ ਦੀ ਉਹਨਾਂ ਨੂੰ। ਬੇ ਹਲ ਪਤਾ ਕਿੰਨੀ ਮਹਿੰਗੀ ਹੋ ਗਈ, ਖਲ ਦਾ ਕੀ ਰੇਟ ਚੱਲਦਾ? ਸੰਨੀਆਂ ਰਲਾ ਰਲਾ ਅੱਕ ਗਈ, ਮੇਥੋਂ ਨਹੀਂ ਰਲਦੀ ਸੰਨੀ ਸੁੰਨੀ। ਨਹੀਂ ਫਿਰ ਮੇਥੋਂ ਨਹੀਂ ਜਾਇਆ ਜਾਂਦਾ, ਜੇ ਤੇ ਤਾਂ ਨਹੀਂ ਹਰਾ ਵੱਢ ਕੇ ਲਿਆਂਦਾ ਜਾਂਦਾ, ਉਹ ਮਾਵਾਂ ਮੂਰੇ ਨੂਣ ਲਾ ਕੇ ਪੈ ਜਾ, ਚੱਟੀ ਜਾਣਗੀਆਂ ਤੈਨੂੰ। ਮੈਂ ਨੌਕਰ ਨਹੀਂ ਰੱਖੀ ਹੋਈ। ਗੁੜ ਗੁੜ ਕਰਨਾ, ਐ ਨਹੀਂ ਹੈਗਾ ਵੀ ਪੈ ਜਾਣ ਦੇ। ਆ ਪੈ ਜਾਣ ਦੇ, ਤੂੰ ਇੱਥੇ ਮੱਕੀ ਗੁੱਡ ਕੇ ਆਇਆ। ਨਹੀਂ ਮੇਰਾ ਸਿਰ ਦੁਖਦਾ। ਬੇ ਤੇਰੇ ਨਾਲੋਂ ਤਾਂ ਵੱਧ ਮੇਰਾ ਦੁਖਦਾ, ਮੈਂ ਕਿਹਨੂੰ ਦੱਸਾਂ? ਕਿਹੜੀ ਮਾਂ ਬੈਠੀ ਹੈ ਤੇਰੇ ਤਾਂ ਪੈ ਕੇ ਸਰ ਜਾਂਦਾ ਵਾ। ਨਹੀਂ ਜੇ ਜ਼ਿਆਦੇ ਔਖੀ ਆਪੇ ਵੱਢ ਲਿਆ ਜਾ ਕੇ। ਮੈਂ ਤਾਂ ਫੂਕਣਾ ਫੂਕੂਗੀ ਹੋਈ, ਫਿਰ ਤੂੰ ਪੈ ਜਾ ਇੱਥੇ ਲੰਮੀਆਂ ਤਾਣ ਕੇ, ਤੇਰਾ ਤਾਂ ਸਰ ਜਾਂਦਾ ਪੈ ਕੇ। ਲੱਗ ਜਾਂਦੀ ਆ ਬੁੜ 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 ਕਰਨ, ਨਾ ਪਵੇ ਨਾ ਪੈਣ ਦਵੇ। ਮੇਰੀ ਗੱਲ ਸੁਣ ਲੈ, ਕਿੱਧਰ ਚੱਲਿਆ? ਕੀ ਸੁਣਨਾ ਗੱਲ ਦੱਸ। ਧਾਰਾਂ ਨੂੰ ਕਹਿ ਦਿੰਦੀ ਆ, ਕਦੇ ਕੱਖਾਂ ਨੂੰ ਕਹਿ ਦਿੰਦੀ ਆ, ਐ ਵੀ ਕਹਿ ਦੇ ਕਦੇ ਕੀੜੇ ਵੀ ਦੱਬ ਲਾ ਜਾ ਕੇ। ਮੈਨੂੰ ਸਭ ਪਤਾ ਤੇਰੇ ਕਿਹੜੇ ਕੀੜੇ ਲੜਦੇ ਨੇ, ਤਾਂ ਹੀ ਇੱਥੇ ਤੂੰ ਫਿਰਦਾ ਗਾ ਜਿਵੇਂ ਤੇਰੇ ਪੈਰਾਂ ਥੱਲੇ ਚੱਕਰੀ ਲੱਗੀ ਹੁੰਦੀ ਆ। ਸਭ ਜਾਣਦੀ ਆ ਮੈਂ ਤੇਰੇ ਕਿਹੜੇ ਕੀੜੇ ਲੜਦੇ ਨੇ। ਨਹੀਂ ਆ ਜਿਹੜੀ ਸਾਗ ਸੂਗ ਵਾਲੀ ਗੱਲ ਕਰਦੀ ਆ, ਇਹਨਾਂ ਨੂੰ ਪਾ ਦੇ, ਨਾਲੇ ਆਪੇ ਰੱਜ ਜਾਣਗੀਆਂ। ਫਿਰ ਤੂੰ ਕੀ ਖਾਏਗਾ ਡਲੇ? ਆ ਜਵਾਕਾਂ ਨੂੰ ਕੀ ਖਵਾਉਂਗੀ? ਢਿੱਡ ਮੇਰਾ ਕੱਲੀ ਦਾ ਨਹੀਂ ਲੱਗਿਆ ਹੋਇਆ, ਤੁਹਾਡਾ ਵੀ ਢਿੱਡ ਨਾਲ ਭਰਦੀ ਆ। ਨਹੀਂ ਮੈਥੋਂ ਨਹੀਂ ਨਿਕਲਦੀ ਤਾਰ ਦੂਰਾ, ਆਪਦਾ ਕੱਢ ਨਾ ਕੱਢ। ਫਿਰ ਤੂੰ ਮੰਗੀ ਹੁਣ ਲੱਸੀ, ਦਊਂਗੀ ਤੈਨੂੰ ਲੱਸੀ ਦਾ ਗਲਾਸ ਭਰ ਕੇ। ਲੱਸੀ ਤਾਂ ਮੈਂ ਹੀ ਪੀਊਂਗਾ। ਪੀ ਤੂੰ, ਮੈਂ ਰੜਕਦੀ ਹੋਈ ਨਹੀਂ ਅੱਜ ਤੋਂ ਬਾਅਦ, ਸਿਆਪਾ ਹੀ ਚੱਕ ਦੂੰ ਲੱਸੀ ਦਾ। ਨਹੀਂ ਮੈਥੋਂ ਨਹੀਂ ਨਿਕਲਦੀ ਤਾਰਾ, ਮੈਂ ਤਾਂ ਖੇਤ ਜਾ ਕੇ ਆਣਾ। ਮੈਨੂੰ ਪਤਾ ਤੂੰ ਕਿਹੜੇ ਖੇਤ ਜਾਣਾ ਵਾ, ਸਭ ਜਾਣਦੀ ਆ ਮੈਂ ਤੇਰੀ। ਪਾਪਾ ਮੈਂ ਵੀ ਖੇਤ ਜਾਊਂਗਾ। ਉਹ ਕੀ ਕਰੇਗਾ ਪੁੱਤ ਤੂੰ ਖੇਤ ਜਾ ਕੇ, ਪੜ ਲਾ। ਮੈਂ ਤਾਂ ਗੇੜਾ ਲੈ ਕੇ ਆਊਂਗਾ। ਓਹੋ ਬੋਲਾ ਨਹੀਂ ਬਣਾਇਆ ਕਰਦੇ ਪੁੱਤ, ਪੜ ਤੂੰ ਉਰੇ ਬਹਿ ਕੇ, ਠੀਕ ਆ? ਮੈਂ ਜਾ ਆਵਾਂ ਖੇਤ। ਨਾ ਆ ਪੁੱਤ ਤੂੰ ਕੋਈ ਨਾ ਚਲੇ, ਲੈ ਜਾ ਤੇਰੇ ਦੰਦੀਆਂ ਵੜਦਾ ਇਹ। ਹੈ ਆ ਹੋਰ ਸਿਆਪਾ ਸੜ ਗਿਆ। ਉਹ ਵੀ ਜਵਾਕ ਭੋਰਾ ਘੁੰਮੇ ਆਊਗਾ, ਜਾ ਪੁੱਤ ਜਾਇਆ ਕੋਈ ਨਾ ਤੂੰ ਨਾਲ। ਇਹ ਠੰਡ ਹੋ ਰਹੀ ਆ, ਠੰਡ ਕੀ ਕਰੂਗਾ ਜਵਾਕ? ਬਥੇਰੇ ਕੱਪੜੇ ਪਾਏ ਹੋਏ ਨੇ, ਤੂੰ ਆਪਦੇ ਬਾਰੇ ਸੋਚ। ਚੱਲ ਚੰਗਾ ਲੈ ਜਾ ਮਾ। ਠੰਡ ਹੈ ਨਹੀਂ। ਆ ਜਾ ਪੁੱਤ ਚੰਗਾ। ਘਰੇ ਤਾਂ ਮੈਨੂੰ ਹੀ ਫੂਕਣਾ ਫੂਕਣਾ ਪੈਣਾ ਸਾਰਾ, ਤੂੰ ਨਹੀਂ ਕਿਸਾ ਡੱਕਾ ਤੋੜਨਾ। ਉਹ ਘਰੇ ਨਹੀਂ ਰਹਿ ਗਿਆ ਪੁੱਤ ਦੇਥੋਂ, ਤੂੰ ਵੀ ਬਸ ਠੰਡ ਚੋਂ ਹੀ ਨਾਲ ਚੱਲ ਪੈ, ਨਾਲੇ ਪੜ ਲੈਂਦਾ ਘਰੇ ਬਹਿ ਕੇ। ਲੈ ਉੱਤਰ ਪੁੱਤ ਓਏ। ਸਾਲੀ ਧਰੀ ਤਾਂ ਉਰੇ ਤੀ, ਗਈ ਕਿੱਧਰ ਆ? ਕੀ ਪਾਪੇ? ਉਹ ਕੁਛ ਨੀ ਪੁੱਤ, ਚਾਬੀ ਦੀ ਗੱਲ ਕਰਦਾ ਦੀ ਆ, ਦੇਖਦਾ ਦੀ ਆ।
ਜੇ ਦੋ ਕੁ ਪੈਗ ਮਿਲ ਜਾਣ ਇੰਨੇ ਕੁ ਨਾਲ ਸਰ ਜੀ। ਖੜ ਜਾ ਪੁੱਤਾ ਪਾਲ ਦਾ ਦੀ ਗੁੱਸਾ। ਪਾਪੇ ਆ ਗਾ ਤੂੰ ਚੱਕੀ ਆ। ਉਹ ਪੁੱਤੇ ਦਾ ਤਾਂ ਚੱਕੀ ਆ ਮਹਾ ਕਈ ਵਾਰੀ ਕੋਠੇ 'ਚ ਕੰਚ ਕੁੰਚ ਖਿੰਡ ਜਾਂਦਾ ਬਾਰੇ ਡੇਗ ਦਾਂਗੇ। ਸਾਲੇ ਇੱਕ ਦੋ ਪੈਗ ਜਿਹੇ 'ਚ ਰੱਖੇ ਦੇਗੇ ਮੈਨੂੰ ਲੱਗਦਾ ਡੁੱਲ ਡੱਲ ਗਈ। ਹੁਣ ਤਾਂ ਠੇਕੇ 'ਚ ਜਾਣਾ ਪਊਗਾ ਮੈਨੂੰ ਲੱਗਦਾ। ਚੱਲੀਏ ਪੁੱਤ ਆਪਾਂ। ਲੈ ਚੱਲ ਗਿਆ ਭੱਜ ਲਾ ਆ ਜਾ। ਲੈ ਚੱਲ ਚੱਲ ਉਹ ਪੁੱਤ ਲੇਟ ਲੱਗ ਰਿਹਾ ਹੁਣ ਚੱਲੀਏ ਘਰੇ ਗਿਰਾ। ਇਹ ਕਿਹੜਾ ਸਟਾਰਟ ਹੋ ਕੇ ਦਿੰਦੀ ਆ। ਲੈ ਜਾ ਪੁੱਤ ਬਹਿ ਜਾ ਚੱਲੀਏ ਹੱਥ ਪਾ ਲਈ। ਉਹ ਭੁੱਲ ਗਿਆ ਦੀ ਪੁੱਤ ਇੱਧਰੇ ਜਾਵਾਂਗੇ। ਸਾਲਾ ਇਹ ਵੀ ਪੰਗਾ ਹੋ ਗਿਆ। ਹੁਣ ਜੇ ਜਵਾਕ ਦੇ ਹੁੰਦੇ ਠੇਕੇ 'ਚ ਜਾਂਦੇ ਹਾਂ ਫਿਰ ਵੀ ਔਖਾ। ਕਹੂਗਾ ਪਾਪਾ ਕਹੂਗਾ ਮੈਂ ਤੇਰੇ ਨਾਲ ਵਾਅਦਾ ਕਰਿਆ ਸੀ ਵੀ ਦਾਰੂ ਨਹੀਂ ਪੀਣੀ। ਕਹੂਗਾ ਤੂੰ ਤਾਂ ਮੁੱਕਰ ਗਿਆ। ਚੱਲ ਘਰ ਨੂੰ ਹੈ ਚੱਲ ਹੁਣ ਤਾਂ। ਕੀ ਆ ਪੁੱਤ ਤੂੰ ਮੇਰੇ ਮਾਗਰ ਮਾਗਰ ਕਾਹਤੋਂ ਫਿਰਦਾ? ਤੂੰ ਖੇਡ ਆਪਦਾ। ਚੱਲ ਠੀਕ ਆ ਸਿਆਣਾ ਬਣਾ। ਧਰੀ ਤਾਂ ਹੈਗੀ ਜੀ ਗਈ ਕਿੱਧਰ ਆ? ਹੈਗੇ ਤਾਂ ਹੈਗੇ ਤੇ ਦੋ ਤਿੰਨ ਪੈਗ। ਲੈ ਜਾ ਕਰਾਂ ਚੱਕਵੇਂ ਪੈਰੀ ਹੋ ਜਾ। ਤੈਨੂੰ ਵੀ ਪਤਾ ਨਾਲੇ ਉੱਥੇ ਧਰੀ ਦੀ ਕੀ। ਬਸ ਤੇਰਾ ਵੀ ਦਿਮਾਗ ਨਹੀਂ ਕੰਮ ਕਰਦਾ ਹੈਗਾ। ਮੈਂ ਲਾ ਲਾ ਕਰਾਂ ਦੋ ਪੈਗ। ਚੱਲ ਕਰਦਾ ਪਹਿਲਾਂ ਇਹਨੂੰ ਪਾਤਾ ਦਈਏ। ਲੈ ਮੈਂ ਫੋਨ ਕਰਦਾ ਡਾਕਟਰ। ਕੀ ਹੋ ਗਿਆ ਤੈਨੂੰ? ਤੂੰ ਤਾਂ ਮਾਰ ਕੇ ਹਟੇਗਾ ਸਾਨੂੰ ਸਾਰਿਆਂ ਨੂੰ। ਜੋਤ ਪੁੱਤ ਕੀ ਹੋ ਗਿਆ ਤੈਨੂੰ? ਜੋਤ ਓਏ ਨੀ ਕਰਤਾ ਫੋਨ ਡਾਕਟਰ ਨੂੰ ਤਾਂ? ਉਹ ਕਹਿੰਦਾ ਆ ਗਿਆ ਮੈਂ ਦੋ ਮਿੰਟਾਂ 'ਚ। ਜਵਾਕ ਨੂੰ ਸਿੱਟੇ ਮਾਰ ਕੇ ਦੇਖ ਲਾ ਮੈਂ ਤੈਨੂੰ 50 ਵਾਰੀ ਫੂਕ ਦੀਆਂ ਵੀ ਨਾ ਦਾਰੂ ਪੀਆ ਕਰ। ਨੀ ਕਲੇਸ ਤਾਂ ਤੇਰਾ ਲੈ ਕੇ ਬਹਿ ਗਿਆ ਸਾਰਾ ਦਿਨ ਤਾਂ ਕਲੇਸ ਕਰੀ ਜਾਂਦੀ ਆ ਟਿਕਦੀ ਨਹੀਂ ਹੈਗੀ। ਮੈਂ ਦਾਰੂ ਪੀਨੀ ਆ? ਦਾਰੂ ਪੀਨੀ ਆ ਸਾਰਾ ਦਿਨ? ਚਰ 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 ਕਰਨ ਨੂੰ ਤਾਂ ਹਟਦੀ ਨਹੀਂ ਹੈਗੀ। ਮੈਂ ਚੁੱਪ ਕਰ ਜਾ ਤੇਰੇ ਮੂਹਰੇ ਹੱਥ ਜੋੜੇ। ਜੇ ਮੇਰੇ ਜਵਾਕ ਨੂੰ ਕੁਝ ਹੋ ਗਿਆ ਮੈਂ ਤੈਨੂੰ ਦੱਸਦਾ ਮੈਂ ਤਾਂ ਨਾਲ ਹੀ ਮਰ ਜਾਣਾ। ਪੀ ਲਈ ਇੱਥੇ ਬੈਠ ਕੇ ਦਾਰੂ। ਜੋਤਾ ਜੋਤਾ ਏ ਕੀ ਹੋ ਗਿਆ ਪੁੱਤ ਤੈਨੂੰ? ਜੋਤਾ ਉੱਠ ਜਾ ਪੁੱਤ ਓਏ ਖੜਾ ਹੋ। ਵੇ ਦੇਖ ਡਾਕਟਰ ਕਿੱਥੇ ਆਉਂਦਾਗਾ। ਜੋਤ ਕਰਿਆ ਫੋਨ ਆਂਦੀ ਆਊਗਾ।
देखो डॉक्टर साहब छेती मेरे मुंडे नूं की हो गया, मेरे तां दिल बैठिया जांदा वा। क्यों जी डॉक्टर जी? कोई ना कवरां दी कोई लोड़ नहीं। ठीक है ठीक है जी। हाँ हाँ ठीक है, कोई ना डॉक्टर साहब छेती दवाई दे दो, मेरा मुंडा ठीक हो जाए छेती। एह ना तो पहला मैनू कुछ हो जाना। कोई ना घबर गया, थोड़ी जी दवाई टीका ला दें पहले, हो जूगा ठीक। जो तो ए पुड़े चलाऊंगे जी। हे वाहेगुरु मेरे बच्चे ने ठीक कर दो। चलो हो जुआ ठीक, तो कोई ना करो सीधा। अजोता जोता जोता अखा खोल पुत। अजोता जोता अखा खोल। ठीक है ठीक है, कोई ना घबराने की कोई लोड़ नहीं। ठीक है मैं पानी लिया माई। वेट करो हो जुआ ठीक। जो तो उठ पुत, डॉक्टर साहब किन्ना टाइम हो गया हजे तक होश नहीं आया। हो गया ठीक हो जुआ। ठीक है पुत। ठीक है उरे नूं होके बह मेरे कोले पुत। की हो गया सी तेनू? की हो गया दी पुत्त? की हो गया सी है दस मैनू। जोत पुत की हो गया तेनू? की हो गया सी है दस मैनू। की हो गया तेनू? पानी पीना। तुसी आए करो जी अंदर जाओ दो मिनट मैं पूछ देनू। की डॉक्टर साहब कोई घबराने वाली गल ना? ना कोई घबराने वाली गल नहीं। थल्ले हो जाओ कोई। ले ले डॉक्टर साहब पूछो। चल ठीक है उठ मेरा शेर। उठ खड़ा हो। हो हो खड़ा। की गल होगी? हाँ दस पुत मैं की गल है डरना? अंकल जी एक दिन मेरा चाचा आया थे मेरे डैडी ने छड़ना। अब जी जिंदगी तो आप बनानी पैंदी है। चल जिंदगी तो हम बन गई जी बननी सी अद्धी निकल गई अद्धी रह गई ये भी रोल खोल के निंग जूगी। मैं तो ये कहना जी भरजाई ये क्यों बौली बनती है हूं तो तेरी हले उम्र भी हैगी है कोई आपका होर घर बसा लै ए कि चिर कट्टेगी ये तो तेन ऊ ही मार दू अद्धी उम्र च। अच्छा ठीक है पुत कोई ना। भाई साहब उरे आओ पै जा पुत। आ गए जी आ गए डॉक्टर जी। हां जी डॉक्टर साहब दसो की गल आ कोई डरन वाली गल तो नहीं? नहीं नहीं कोई घबराने वाली गल नहीं। ठीक है हां जी। देख अमृत एदे जवाक दे मन ते गल कर कर गई भी जे मेरा डैडी दारू पीऊगा तां मेरी मम्मी मैनू छड के भग जूगी ये ताएं बस सकता है जे तू अज तो दारू नहीं पीएगा दारू छड़नी पवेगी तेनू। डॉक्टर साहब जी अज तो बाद मैं दारू नहीं पींदा इस दारू नूं मैं छड़ दूंगा। पुत मेरी गल सुन मैं तेनू छड़ के किथे जाना जे जाना हुंदा तां पहले ही चली जांदी। कोई ना घबराने दी कोई लोड़ नहीं। ठीक है करन दो राम इनू। ठीक है डॉक्टर साहब थोड़ा धन्यवाद जी। डॉक्टर साहब जी पैसे किन्ने हो गए जी? 100 रुपया हो गया जी। 100 रुपया हो गया जी। पुत जे मैं जाना हो हुण तेनू नाल लेके जाऊं। ਜਿਹੜੀ ਹੁਣੀ ਹੁਣ ਤੁਹਾਨੂੰ ਵੀਡੀਓ ਦੇਖੀ ਉਹ ਕਿਵੇਂ ਲੱਗੀ ਤੁਹਾਨੂੰ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ ਧੰਨਵਾਦ।